ਹਲਕਾ ਬਲਾਚੌਰ ਦੇ ਪਿੰਡ ਚੰਦਿਆਣੀ ਖੁਰਦ ਵਿਖੇ ਸਾਲਾਨਾ ਇਨਾਮੀ ਛਿੰਝ ਮੇਲਾ ਕਰਾਇਆ ਗਿਆ। ਹਲਕਾ ਬਲਾਚੌਰ ਦੇ ਪਿੰਡ ਚੰਦਿਆਣੀ ਖੁਰਦ ਵਿਖੇ ਲੱਖ ਦਾਤਾ ਪੀਰ ਛਿੰਝ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਇਨਾਮੀ ਛਿੰਝ ਮੇਲਾ ਕਰਾਇਆ ਗਿਆ। ਇਸ ਮੇਲੇ ਦਾ ਉਦਘਾਟਨ ਚੌਧਰੀ ਤਰਸੇਮ ਲਾਲ ਚੰਡੀਗੜ੍ਹ ਵੱਲੋਂ ਕੀਤਾ ਗਿਆ। ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਆਏ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਠੇਕੇਦਾਰ ਰੋਸ਼ਨ ਲਾਲ, ਅਸ਼ੋਕ ਨਨਵਾਲ ਨੇ ਸ਼ਿਰਕਤ ਕੀਤੀ। ਛਿੰਝ ਮੇਲੇ ਦੇ ਦੌਰਾਨ 100 ਦੇ ਕਰੀਬ ਵੱਖ ਵੱਖ ਅਖਾੜੇ ਅਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਈਆਂ ਗਈਆਂ ਅਤੇ ਪਟਕੇ ਦੀ ਸਭ ਤੋਂ ਵੱਡੀ ਕੁਸ਼ਤੀ ਕਮਲਜੀਤ ਦੁਬਛੜੇ ਅਤੇ ਗਿੰਨੀ ਮਰੇਲਕੋਟਲਾ ਵਿਚਕਾਰ ਬਰਾਬਰ ਹੋਈ। ਪਟਕੇ ਦੀ ਦੂਸਰੀ ਕੁਸ਼ਤੀ ਤੀਰਥ ਫਗਵਾੜਾ ਨੇ ਜਤਿੰਦਰ ਪਟਿਆਲਾ ਨੂੰ ਹਰਾ ਕੇ ਜਿੱਤੀ ਅਤੇ ਪਟਕੇ ਦੀ ਤੀਸਰੀ ਕੁਸ਼ਤੀ ਲਾਲੀ ਚੋਣਤਾਂ ਅਤੇ ਜੱਸਾ ਮਰੋੜ ਵਿਚਕਾਰ ਬਰਾਬਰ ਰਹੀ। ਇਸ ਤੋਂ ਇਲਾਵਾ 2 ਸੋਨੇ ਦੀਆਂ ਮੁੰਦਰੀਆਂ 11,000 ਲਈ, 5 5,100 ਲਈ, 5 3,100, 2,100 ਦੇ ਇਨਾਮਾਂ ਤੋਂ ਇਲਾਵਾ ਹੋਰ ਵੀ ਕੁਸ਼ਤੀਆਂ ਕਰਾਈਆਂ ਗਈਆਂ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ, ਦੇਸ਼ ਅੰਦਰ 1952 ਤੋਂ ਬਾਅਦ ਬਹੁਤ ਸਾਰੇ ਕਮਿਸ਼ਨ ਬਣੇ, ਪਰ ਕਿਸੇ ਵੀ ਕਮਿਸ਼ਨ ਨੇ ਬੈਕਵਰਡ ਕਲਾਸ ਲਈ ਬਣੇ ਕਮਿਸ਼ਨ ਨੂੰ ਅਧਿਕਾਰ ਨਹੀਂ ਦਿੱਤੇ। ਕਿਹਾ, ਪਹਿਲੀ ਵਾਰ ਹੈ ਕਿ ਕਮਿਸ਼ਨ ਨੂੰ ਪਾਵਰ ਦਵਾ ਕੇ ਮਾਨ ਹਾਸਿਲ ਕੀਤਾ ਗਿਆ ਅਤੇ ਅੱਜ ਗੁੱਜਰ ਸਮਾਜ ਨੇ ਇਸ ਦਾ ਸਨਮਾਨ ਕਰਦੇ ਹੋਏ ਚੰਦੂ ਮਾਜਰਾ ਨੂੰ ਸਨਮਾਨਿਤ ਕੀਤਾ।